ਜਾਂ ਪੰਜਾਬ ਦਾ ਮੀਡੀਆ ਮੈਂ ਕਹੂੰਗਾ। ਇੱਥੇ ਹੁਣ ਗੋਦੀ ਮੀਡੀਆ ਦੀ ਗੱਲ ਨਹੀਂ ਹੋਈ, ਪੰਜਾਬ ਦੇ ਮੀਡੀਆ ਦੀ ਮੈਂ ਗੱਲ ਕਰਦਾ। ਤੁਹਾਡੇ ਨਾਲ ਜੁੱਤੀ ਫੇਰ ਨਹੀਂ ਪਏ ਸਾਨੂੰ ਕਦੇ। ਨਾਲ ਦੀ ਨਾਲ ਤੁਸੀਂ TRP ਲੈਣ ਦੇ ਮਾਰੇ, ਨਾਲ ਦੀ ਨਾਲ ਤੁਸੀਂ ਵਿਊ ਬਹੁ ਲੈਣ ਦੇ ਮਾਰੇ, ਉਹਦੀ ਮੈਂ ਖਜਾ ਡਾ ਦਿੰਦੇ ਹਰੇਕ ਦੇ ਮੂਹਰੇ ਜਾ ਕੇ। ਹਾਂਜੀ, ਰਾਜਲ ਸਾਹਿਬ ਨੇ ਆ ਕਿਹਾ, ਕੀ ਕਹਿਣਾ ਚਾਹੋਗੇ? ਰਾਜਲ ਸਾਹਿਬ ਨੇ ਆ ਕਿਹਾ, ਕੀ ਕਹਿਣਾ ਚਾਹੋਗੇ? ਆਹ ਬਿਆਨ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਪ੍ਰਤੀਕਿਰਿਆ ਯਾਰ ਨਾ ਭਰਾਵੋ, ਹੱਥ ਬੰਨੇ ਤੁਹਾਡੇ ਮੂਹਰੇ ਰੋਜ਼। ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਬਣਾ ਦਿੰਦੇ ਹੋ। ਜਾ ਵੜੋ ਫਿਰ ਪੰਜਾਬ ਜਾ ਕੇ ਬਹਿ ਜਾਓ, ਕੋਈ ਗੱਲ ਨਹੀਂ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਗੱਲ ਪਹੁੰਚਾ ਦਿਆਂਗੇ। ਬਲਵੀਰ ਸਿੰਘ ਰਾਜੇਵਾਲ ਵੱਲੋਂ ਜੋ ਬਿਆਨ ਸਟੇਜ ਤੇ ਦਿੱਤਾ ਗਿਆ, ਉਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਹੈ। ਰਾਜੇਵਾਲ ਦੇ ਸਟੇਜ ਤੇ ਦਿੱਤੇ ਇਸ ਬਿਆਨ ਤੋਂ ਬਾਅਦ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਉੱਥੇ ਹੀ ਲੱਖਾ ਸਦਾਣਾ ਵੱਲੋਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜੋ ਰਾਜੇਵਾਲ ਸਾਹਿਬ ਨੇ ਕਿਹਾ ਉਹ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਸੀ ਅਤੇ ਉਹਨਾਂ ਦੱਸਿਆ ਕਿ ਕੌਣ ਅੰਦੋਲਨ ਨੂੰ ਤਾਰ ਪਿੱਡੋ ਕਰ ਰਿਹਾ ਹੈ। ਉੱਥੇ ਹੀ ਉਹਨਾਂ ਮੋਰਚੇ 'ਚ ਪਾੜ ਪਾਉਣ ਵਾਲੇ ਮੀਡੀਆ ਤੇ ਵੀ ਗੁੱਸਾ ਕੱਢਿਆ ਅਤੇ ਗੋਦੀ ਮੀਡੀਆ ਤੋਂ ਇਲਾਵਾ ਪੰਜਾਬ ਦੇ ਮੀਡੀਆ ਨੂੰ ਵੀ ਭੰਡਿਆ। ਤੁਸੀਂ ਵੀ ਸੁਣੋ ਇਹ ਵੀਡੀਓ, ਲੱਖੇ ਨੇ ਕਿਵੇਂ ਪਾਈਆਂ ਲਹਨਤਾਂ। ਰਾਜੇਵਾਲ ਨੇ ਆਪਣਾ ਬਿਆਨ ਦਿੱਤਾ, ਕੱਲ ਨੂੰ ਆਪਣੀ ਮਾਫੀ ਮੰਗ ਕੇ ਆਪਣਾ ਸਪਸ਼ਟੀਕਰਨ ਦੇਣਗੇ, ਗੱਲ ਖਤਮ ਹੋ ਜਾਣੀ ਹੈ। ਉਹ ਨਾ ਭਰਾਵੋ, ਹੱਥ ਬੰਨੇ ਤੁਹਾਡੇ ਮੂਹਰੇ ਰੋਜ਼। ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਬਣਾ ਦਿੰਦੇ ਹੋ ਕਿ ਆਹ ਦੇਖੋ ਜੀ ਆਹ ਹੋ ਗਿਆ ਉਹ ਹੋ ਗਿਆ, ਔਰ ਦੂਜਾ ਜਿਹੜਾ ਕੰਮ ਕਰ ਰਿਹਾ ਜਿਹੜਾ ਪੰਜਾਬ ਦਾ ਮੀਡੀਆ ਮੈਂ ਕਹੂੰਗਾ। ਇੱਥੇ ਹੁਣ ਗੋਦੀ ਮੀਡੀਆ ਦੀ ਗੱਲ ਨਹੀਂ ਹੋਈ, ਪੰਜਾਬ ਦੇ ਮੀਡੀਆ ਦੀ ਮੈਂ ਗੱਲ ਕਰਦਾ। ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਅਸੀਂ ਪੰਜਾਬ ਲਈ ਕੰਮ ਕਰ ਰਹੇ ਹਾਂ, ਅਸੀਂ ਤੁਹਾਡੀਆਂ ਖਬਰਾਂ ਐਂ ਪਹੁੰਚਾ ਰਹੇ ਹਾਂ, ਬਹੁਤ ਪਹੁੰਚਾ ਰਹੇ ਹਾਂ, ਨਾਲ ਦੀ ਨਾਲ ਤੁਸੀਂ TRP ਲੈਣ ਦੇ ਮਾਰੇ, ਨਾਲ ਦੀ ਨਾਲ ਤੁਸੀਂ ਵਿਊ ਬਹੁ ਲੈਣ ਦੇ ਮਾਰੇ, ਉਹਦੀ ਮੈਂ ਖਜਾ ਡਾ ਦਿੰਦੇ ਹਰੇਕ ਦੇ ਮੂਹਰੇ ਜਾ ਕੇ। ਹਾਂਜੀ, ਰਾਜਲ ਸਾਹਿਬ ਨੇ ਆ ਕਿਹਾ, ਕੀ ਕਹਿਣਾ ਚਾਹੋਗੇ? ਰਾਜਲ ਸਾਹਿਬ ਨੇ ਆ ਕਿਹਾ, ਕੀ ਕਹਿਣਾ ਚਾਹੋਗੇ? ਆਹ ਬਿਆਨ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਪ੍ਰਤੀਕਿਰਿਆ ਯਾਰ ਮਿੰਟ 'ਚ ਤੁਸੀਂ ਅੰਦਰੋਂ ਇੱਕ ਮਿੰਟ 'ਚ ਤੁਸੀਂ ਲਾਉਂਦੇ ਹੋ ਕਿਸੇ ਨੂੰ ਗਦਾਰ ਬਣਾ ਦਿੰਦੇ ਹੋ, ਮਿੰਟ 'ਚ ਹੀਰੋ ਬਣਾ ਦਿੰਦੇ ਹੋ। ਵਿੱਚ ਜਿਹੜਾ ਬੰਦਾ ਭੜਕਾਹਟ ਵਾਲੀ ਗੱਲ ਕਰਦਾ, ਜਿਹੜੇ ਜਾ ਮੈਂ ਦੁਬਾਰੇ ਫੇਰਾ ਚੈਨਲ ਵਾਲਿਆਂ 'ਤੇ ਆਉਣਾ ਵੀ ਤੁਹਾਡੇ ਨਾਲ ਜੁੱਤੀ ਫੇਰ ਨਹੀਂ ਪਏ ਸਾਨੂੰ ਕਦੇ। ਲੋੜ ਨਹੀਂ ਜੇ ਤੁਸੀਂ ਇਹੋ ਜਿਹੀ ਕਵਰੇਜ ਕਰਨੀ ਹੈ, ਸਾਨੂੰ ਦਫਾੜ ਕਰਨਾ, ਸਾਡੇ ਘੋਲ ਨੂੰ ਤਾਰ ਪਿੰਡੋ, ਤੁਸੀਂ ਵੀ ਕਰਨ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਹੋ। ਮਾੜੀ ਜਿਹੀ ਗੱਲ ਹੁੰਦੀ ਹੈ ਜਾ ਕੇ ਮੈਂ ਖੜਾ ਦਿੰਦੇ ਹਾਂ ਅਖਲੇ ਦੇ ਮੂੰਹ 'ਚ। ਜਾ ਵੜੋ ਫਿਰ ਪੰਜਾਬ ਜਾ ਕੇ ਬਹਿ ਜਾਓ, ਕੋਈ ਗੱਲ ਨਹੀਂ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਗੱਲ ਪਹੁੰਚਾ ਦਿਆਂਗੇ। ਉੱਥੇ ਹੀ ਲੱਖਾ ਸਦਾਣਾ ਨੇ ਰਾਜੇਵਾਲ ਬਾਰੇ ਕਿਹਾ ਕਿ ਜੇਕਰ ਉਹਨਾਂ ਨੇ ਇਹ ਬਿਆਨ ਦਿੱਤਾ ਤਾਂ ਉਹ ਆਪਣਾ ਸਪਸ਼ਟੀਕਰਨ ਦੇਣ ਅਤੇ ਮਾਫੀ ਮੰਗਣ। ਬਿਊਰੋ ਰਿਪੋਰਟ, ਸਕਾਈ ਨਿਊਜ਼ ਪੰਜਾਬ।